ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ USA ਸਟੂਡੈਂਟ ਵੀਜ਼ਾ, ਅਮਰੀਕਾ ਸਟੂਡੈਂਟ ਵੀਜ਼ਾ ਬਾਰੇ ਬਹੁਤ ਗੱਲਾਂ ਕੀਤੀਆਂ ਹਨ, ਬਹੁਤ ਸਾਰੀ ਐਡ ਕੈਂਪੇਨਸ, ਬਟ ਬਹੁਤ ਘੱਟ ਲੋਕਾਂ ਕੋਲ ਰਿਜ਼ਲਟ ਆ ਦਿਖਾਉਣ ਨੂੰ। ਸੋ ਉਸ ਰਿਜ਼ਲਟ ਦੇ ਮੱਦੇਨਜ਼ਰ ਮੈਂ ਇੱਕ ਸਟੂਡੈਂਟ ਦੇ ਨਾਲ ਤੁਹਾਨੂੰ ਇੰਟਰੋਡਿਊਸ ਕਰਾਉਣਾ ਚਾਹੁੰਦਾ ਜਿਹਨੇ USA ਸਟੂਡੈਂਟ ਵੀਜ਼ਾ ਲਿੱਤਾ ਔਰ USA ਜਾ ਕੇ ਆਪਣੀ ਪੜ੍ਹਾਈ ਕਰਨ ਦੀ ਤਿਆਰੀ ਕਰ ਰਿਹਾ। ਸੋ ਅਜੇ ਸੰਧੂ ਮੇਰੇ ਨਾਲ ਹੈ, ਅਜੇ ਦੀ ਫਲਾਈਟ ਜਿਹੜੀ ਹੈਗੀ ਆ ਹੋਰ ਇੱਕ ਦੋ ਦਿਨਾਂ 'ਚ ਇਹਨੇ ਟਰੈਵਲ ਕਰ ਜਾਣਾ ਔਰ USA ਜਾ ਕੇ ਆਪਣਾ ਮਾਸਟਰਸ ਡਿਗਰੀ ਪ੍ਰੋਗਰਾਮ ਦੇ ਵਿੱਚ ਪੜ੍ਹਨ ਜਾ ਰਿਹਾ। ਸੋ ਸਭ ਤੋਂ ਪਹਿਲਾਂ ਇਹ ਵੀਜ਼ਾ ਅਜੇ ਦਾ ਜਿਹੜਾ ਇਹਨੇ ਅੰਬੈਸੀ ਪੇਸ਼ ਹੋ ਕੇ ਇੰਟਰਵਿਊ ਦੇ ਕੇ ਵੀਜ਼ਾ ਲਿੱਤਾ, ਕਿਉਂਕਿ ਹਰ ਬੰਦੇ ਨੂੰ ਇਹੀ ਪ੍ਰੋਸੀਜਰ ਫੋਲੋ ਕਰਨਾ ਪੈਂਦਾ। ਪਰ ਬੜਾ ਨੋਰਮਲ ਕਿਹਾ ਜਾਂਦਾ ਜੀ ਵੀਜ਼ੇ ਨਹੀਂ ਮਿਲਦੇ। ਸੋ ਸਭ ਤੋਂ ਪਹਿਲਾਂ ਅਜੇ ਨੂੰ ਵੀਜ਼ਾ ਦਿੰਦੇ ਹਾਂ, ਇਹਨੂੰ ਮੁਬਾਰਕਾਂ ਦਿੰਦੇ ਹਾਂ, ਫਿਰ ਪੁੱਛਦੇ ਹਾਂ ਕਿ ਕੀ ਕਿਸ ਤਰ੍ਹਾਂ ਦੇ ਇਹਨੂੰ ਸਵਾਲ ਪੁੱਛੇ ਔਰ ਕਿੱਦਾਂ ਨੇ ਵੀਜ਼ਾ ਲਿਆ। ਸੋ ਅਜੇ ਕੋਂਗਰੈਚੁਲੇਸ਼ਨ USA ਸਟੂਡੈਂਟ ਵੀਜ਼ਾ। ਸੋ ਬੜਾ ਲੋਕਾਂ ਨੂੰ ਲੱਗਦਾ ਕਿ ਯਾਰ ਵੀਜ਼ਾ ਲੱਗਦਾ ਨਹੀਂ, ਹੈ ਨਾ, ਕਿ ਅੰਬੈਸੀ ਵੀਜ਼ਾ ਦਿੰਦੀ ਨਹੀਂ, ਸਵਾਲ ਹੀ ਨਹੀਂ ਪੁੱਛਦੀ, ਬਸ ਮੋੜ ਦਿੰਦੇ ਆ ਜੀ, ਫੀਸਾਂ ਇਕੱਠੀਆਂ ਕਰਦੇ ਆ। ਸੋ ਕੀ ਰਿਹਾ, ਪਹਿਲਾਂ ਤਾਂ ਪ੍ਰੋਫਾਈਲ ਦੀ ਗੱਲ ਕਰ ਲੈਂਦੇ ਹਾਂ, ਅਜੇ ਦਾ ਪ੍ਰੋਫਾਈਲ ਕੀ ਹੈ, ਕੀ ਪੜ੍ਹਾਈ ਕੀਤੀ ਹੋਈ ਆ, ਉਹਦੇ ਬਾਰੇ ਥੋੜ੍ਹਾ ਜਿਹਾ ਤੁਹਾਨੂੰ ਦੱਸੇਗਾ। ਮੈਂ ਆਪਣੀ ਪੜ੍ਹਾਈ ਖਤਮ ਕੀਤੀ ਸੀ 2017 ਵਿੱਚ, ਬੈਚਲਰ ਆਫ ਕਮਰਸ ਕੀਤੀ ਸੀ ਮੈਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ। ਉਸ ਤੋਂ ਬਾਅਦ ਮੇਰੇ ਕੋਲ ਜੋਬ ਐਕਸਪੀਰੀਅੰਸ ਸੀਗਾ 3 ਸਾਲ ਦਾ। ਫਿਰ ਮੈਂ ਹੋਮ ਗਲੋਬਲ ਆਇਆ, ਮੀਰ ਸਰ ਨਾਲ ਮਿਲਿਆ, ਇਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਕਿ ਮੇਰੇ USA ਦੇ ਵੀਜ਼ਾ ਰਿਗਾਰਡਿੰਗ, ਅਤੇ ਮੈਨੂੰ ਬਹੁਤ ਵਧੀਆ ਲੱਗਾ ਇਹਨਾਂ ਨਾਲ ਮਿਲ ਕੇ। ਸਾਰਾ ਪ੍ਰੋਸੈਸ ਇਹਨਾਂ ਵੱਲੋਂ ਬਹੁਤ ਤੇਜ਼ੀ ਨਾਲ ਕੀਤਾ ਗਿਆ। ਇਹਨਾਂ ਨੇ ਮੈਨੂੰ 2 ਮਹੀਨੇ ਦੇ ਵਿੱਚ ਹੀ ਮੇਰਾ USA ਦਾ ਜਿਹੜਾ ਵੀਜ਼ਾ ਆ ਉਹ ਸਿਰਫ 47,500 ਦੇ ਵਿੱਚ ਲੈ ਕੇ ਦਿੱਤਾ। ਸੋ ਚਲੋ ਮੇਨ ਚੀਜ਼ ਜਿਹੜੀ ਇਹਦੇ ਵਿੱਚ ਸੀਗੀ, ਅਸੀਂ ਜੋ ਕੀਤਾ ਉਹ ਸਾਡਾ ਕੰਮ ਹੈ। ਸੋ ਐਂਡ ਆਫ ਦੀ ਡੇ ਪ੍ਰੋਬਲਮ ਕਿੱਥੇ ਆਉਂਦੀ ਹੈ ਕਿ ਲੋਕ ਕਹਿੰਦੇ ਯਾਰ ਵੀਜ਼ਾ ਲੱਗਦਾ ਨਹੀਂ। ਵੀਜ਼ੇ ਲੱਗਦੇ ਨੇ ਮੇਰਾ ਖਿਆਲ ਅਜੇ ਦੇ ਹੁੰਦੇ ਹੁੰਦੇ ਹੀ, ਅਜੇ ਦੇ ਨਾਲ ਜਿਹੜੇ ਇੰਟਰਵਿਊ ਪ੍ਰੈਪਰੇਸ਼ਨ ਦੇ ਵਿੱਚ ਵੀ ਬੱਚੇ ਸੀਗੇ, ਆਈ ਥਿੰਕ ਅਜੇ 10-15 ਬੱਚੇ ਤਾਂ ਜਾਂਦਾ ਹੋਏਗਾ ਜਿਨ੍ਹਾਂ ਨੇ ਵੀਜ਼ੇ ਲਿੱਤੇ ਆਪਣੇ। ਸਾਡਾ ਜਿਹੜਾ ਬੈਚ ਸੀਗਾ ਉਹ 15 ਜਣਿਆਂ ਦਾ ਬੈਚ ਸੀਗਾ, ਅਸੀਂ 15 ਬੱਚਿਆਂ ਨੇ ਤਿਆਰੀ ਕੀਤੀ, ਜੋ ਕਿ ਸਾਰੀ ਤਿਆਰੀ ਹੋਮ ਗਲੋਬਲ ਦੇ ਦੁਆਰਾ ਕਰਵਾਈ ਗਈ। ਬਹੁਤ ਹੀ ਵਧੀਆ ਤਰੀਕੇ ਨਾਲ ਹਰ ਇੱਕ ਪੁਆਇੰਟ ਨੂੰ ਬੜੀ ਬਰੀਕੀ ਨਾਲ ਸਮਝਾਇਆ ਅਤੇ ਸਿਖਾਇਆ ਗਿਆ, ਜਿਹਦੇ ਕਰਕੇ ਮੈਂ ਆਪਣਾ ਵੀਜ਼ਾ ਲੈਣ ਵਿੱਚ ਸਫਲ ਹੋਇਆ ਹਾਂ। ਦੇਖੋ ਬੜਾ ਸਿੰਪਲ ਹੈ, ਤਿਆਰੀ ਤਾਂ ਅਸੀਂ ਕਿਸੇ ਨੂੰ ਕੀ ਕਰਾਉਣੀ, ਮੇਜਰਲੀ ਇਹਦੇ ਵਿੱਚ ਕੀ ਹੁੰਦਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕੀ ਕਰਨ ਚੱਲੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੀ ਯੂਨੀਵਰਸਿਟੀ, ਕਿਹੜਾ ਕੋਰਸ ਐਕਚੁਅਲੀ ਦੇ ਵਿੱਚ ਤੁਹਾਨੂੰ ਤੁਹਾਡੇ ਫਿਊਚਰ ਬਾਰੇ ਜੇ ਜਾਣਕਾਰੀ ਹੈਗੀ ਹੈ, ਕੌਨਫੀਡੈਂਸ ਹੈਗਾ, ਇੰਗਲਿਸ਼ ਬੋਲਣ ਦੀ ਕਸ਼ਮਤਾ ਹੈਗੀ ਹੈ, ਤੁਸੀਂ ਵੀਜ਼ਾ ਲੈ ਸਕਦੇ ਹੋ। ਅਜੇ ਨੇ ਵੀ IELTS ਨਹੀਂ ਸੀ ਕੀਤੀ ਹੋਈ, IELTS ਤਾਂ ਕਦੀ ਪੇਪਰ ਨਹੀਂ ਸੀ ਦਿੱਤਾ, ਬਟ ਜਦੋਂ ਅਜੇ ਇਨੀਸ਼ਲੀ ਫਸਟ ਟਾਈਮ ਕਾਉਂਸਲਿੰਗ ਲਈ ਆਇਆ ਉਦੋਂ ਇਹਦਾ ਕੌਨਫੀਡੈਂਸ ਔਰ ਇੰਗਲਿਸ਼ ਦਾ ਲੈਵਲ ਇਹਦੇ ਨਾਲ ਗੱਲ ਕਰਕੇ ਪਤਾ ਲੱਗ ਗਿਆ ਕਿ ਹਾਂ ਬੋਲ ਸਕਦਾ, ਇੰਟਰਵਿਊ ਸਾਂਭ ਸਕਦਾ, ਐਂਡ ਦੈਟ ਇਜ਼ ਐਗਜੈਕਟਲੀ ਵਟ ਹੀ ਡਿਡ। ਸੋ IELTS ਨਹੀਂ ਚਾਹੀਦੀ ਸਾਨੂੰ, ਬਟ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਚਾਹੀਦੀ ਹੈ। ਤੁਸੀਂ ਕਹੋ ਜੀ ਮੈਂ ਪੰਜਾਬੀ ਮੀਡੀਅਮ 'ਚ ਪੜ੍ਹਿਆ, ਹਿੰਦੀ ਮੀਡੀਅਮ 'ਚ ਪੜ੍ਹਿਆ, ਅੰਗਰੇਜ਼ੀ ਨਹੀਂ ਬੋਲ ਸਕਦਾ, ਫਿਰ ਇਹ ਵੀਜ਼ਾ ਤੁਹਾਡੇ ਲਈ ਨਹੀਂ ਹੈਗਾ, ਫਿਰ ਤੁਸੀਂ ਆਪਣਾ ਟਾਈਮ ਅਤੇ ਪੈਸੇ ਖਰਾਬ ਕਰੋਗੇ। ਤੁਸੀਂ ਕਹੋ ਯਾਰ ਮੈਂ ਇੰਗਲਿਸ਼ ਬੋਲ ਸਕਦਾ, ਸਾਂਭ ਸਕਦਾ, ਕੋਈ ਪ੍ਰੋਬਲਮ ਨਹੀਂ, ਅੰਬੈਸੀ ਪੇਸ਼ ਹੋਵੋ, ਅੰਬੈਸੀ ਵੀਜ਼ੇ ਦੇਣ ਲਈ ਬਣੀ ਹੈ। 3-4 ਸਾਲ ਦਾ ਜਿਹਦਾ ਗੈਪ ਸੀਗਾ ਉਹਨੂੰ ਗੈਪ ਕਹਿ ਲਓ ਜਾਂ ਓਕਿਊਪੇਸ਼ਨ ਕਹਿ ਲਓ, ਕਿ ਇਹਨੇ ਜੋਬ ਕੀਤੀ ਸੀਗੀ, ਉਸ ਜੋਬ ਦਾ ਇਹਦੇ ਕੋਲ ਐਕਸਪੀਰੀਅੰਸ ਸੀਗਾ। ਸੋ ਪੜ੍ਹਾਈ ਦੇ ਗੈਪ ਦਾ ਅਸਰ ਨਹੀਂ ਪੈਂਦਾ ਵੀਜ਼ੇ 'ਤੇ, ਐਜ਼ ਲੌਂਗ ਐਜ਼ ਯੂ ਕੈਨ ਐਕਸਪਲੇਨ ਕਿ ਮੇਰਾ ਉਹ ਗੈਪ ਕਿਉਂ ਸੀਗਾ। ਸੋ ਦੈਟ ਇਜ਼ ਆਲ ਜੀ USA ਸਟੂਡੈਂਟ ਵੀਜ਼ਾ। ਇਨੀਸ਼ੀਅਲ ਕੋਸਟ 47,500 ਰੁਪਇਆ, ਤੁਸੀਂ ਵੀ ਅਪਲਾਈ ਕਰ ਸਕਦੇ ਹੋ। ਜਨਵਰੀ ਇਨਟੇਕ ਇਜ਼ ਦੀ ਨੈਕਸਟ ਇਨਟੇਕ ਜਿਹਦੇ ਵਿੱਚ ਤੁਸੀਂ ਆਪਣੀ ਐਡਮਿਸ਼ਨਸ ਅਪਲਾਈ ਕਰ ਸਕਦੇ ਹੋ। ਸੋ ਥੈਂਕ ਯੂ ਅਜੇ, ਕੋਂਗਰੈਚੁਲੇਸ਼ਨ। ਥੈਂਕ ਯੂ।